ਰਾਤੀ ਨੀਂਦ ਨਾ ਆਵੇ ਸਹੇਲੀਓ। ਸੁਖ ਦਾ ਸਾਹਿਬ ਜੀ ਜੋ ਵਿਚਾਰੇ ਹੋਏ ਉਸ ਗੱਲ ਸੁਬੋ ਡਿੱਗਦੀਆਂ ਸ਼ਾਮ ਹੋ ਗਈ, ਸੁਬੋ ਡਿੱਗਦੀਆਂ ਸ਼ਾਮ ਹੋ ਗਈ। ਜਾਣ ਕਦੋਂ ਆਉਣਾ ਦੋਸਤਾ ਇਤਨਾ ਸਾਦਾ।
ਗਈ ਤੇ ਗੁਜ਼ਰ ਰਾਤ ਗਈ। ਜਨਾਬ ਅਲੰਤਾ ਜੋ ਜੇਲ ਸਰਕਾਰ ਫਰਮਾਇਆ ਸੀ ਨਾ ਕਿ ਇੰਤਜ਼ਾਰੀਓ ਮੇ ਸ਼ਬੋ ਰੋਜ਼ ਗੁਜ਼ਰਨ ਸਾਹਿਤਿਕ ਬਿਨਾ ਇਤਮੀਨਾਨ ਦੀ ਕਫਸੇ ਉਸਰੀ ਮੇ ਤਾਇਰ ਨੂੰ ਪੜ ਕੇ ਬੰਦੀ ਗੱਲ ਨਾ ਕੋਈ ਬੰਦੀ ਮੰਨਦੀ। ਸੁਣਿਆ ਮਦਰਸੂ ਅਸਰ ਇਨਸਾਨ ਪਾਉਂਦਾ ਸੋ ਮਤ ਕਰ ਵੇਖੀ ਸ਼ਾਦ ਮੰਨਦੀ ਏ ਜੋ ਵੀ ਦੀਨ ਵਿੱਚ ਹੰਗ ਨਹੀਂ ਕਦੀ ਆਉਂਦਾ ਸੋ ਮਤ ਮਨ ਪਰ ਰੱਖਦਾ ਕੰਮ। ਸ਼ੇਰ ਬਸ ਨਿਸਾ ਖਾ ਮੇਰਾ ਆਪਸ ਦਾ ਇੱਕ ਸੰਦੇਸ਼ ਹੀ ਹੈ ਅਜ਼ਮੂਨ ਦੇ ਮੁਤਾਬਿਕ ਵੀ ਕਿ ਜੋ ਰੱਬ ਹੈ ਤੇਰਾ ਜ਼ਮੀਰ ਹੋਣਾ ਜਨਾਬ
ਹਾਜੀ ਚਾਚਾ ਕੁਰਬਾਨ ਹੁਸੈਨੀ ਯਾਦ ਵਿੱਚ ਇੱਕ ਸ਼ੇਰ ਦੁਸਤਾਨੀ ਨਜ਼ਰ
ਕੋਈ ਕੋਈ ਰਹਿੰਦਾ ਜਰ ਕੇ ਦਿਲ ਬਰ ਆਪਣੇ ਦੀ ਗੱਲ ਕੀ ਜੋ ਹੋਰਾਂ ਨੂੰ ਕਰ ਜੋ ਸਰਕਾਰ ਅਮਰਸ਼ਾਹ ਸਿੰਘ ਸਰਕਾਰ ਨੇ ਸ਼ੇਰ ਸਰਕਾਰ ਨੇ ਦਰਦ ਵਾਲਾਈ ਕਰਦੀ ਸਾਰ ਜਾਂਦੇ
ਸੋਹਣਿਆ ਆਖਾ ਨਹੀਂ ਅਸਲ ਇਸ ਆਦਮ ਕੀ ਬਣਾਉਣਾ ਨਮੂਨਾ ਸਾਹਮਣੇ ਆ ਗਿਆ ਆਦਮ ਅਲੈਹਿਸ ਸਲਾਮ ਨੂੰ ਪੁਰ ਉਸ ਬਣਾਇਆ ਗਿਆ ਲੇਕਿਨ ਇਹ ਖਲੀਫਾ ਦੇ ਰੱਬ ਕਿਸ ਤਰ੍ਹਾਂ ਬਣ ਗਿਆ ਜਦਕਿ ਉਹ ਮਲਾਇਕਾ ਇਸ ਤੋਂ ਜ਼ਿਆਦਾ ਆਬਾਦ ਕਰਨ ਵਾਲੇ ਸਨ ਇਸ ਵਿੱਚ ਇੱਕ ਦਿਲ ਰੱਖਿਆ ਜਿਸ ਦਾ ਨਾਮ ਦਿਲ ਹੈ ਉਸ ਵਿੱਚ ਦਰਦ ਰੱਖਿਆ ਦਰਦ ਦੇ ਦਿਲ ਦੇ ਵਾਸਤੇ ਪੈਦਾ ਕੀਆ ਇਨਸਾਨ ਕੁਛ ਕੰਮ ਨਾ ਕਰੇ ਤੱਕ ਔਰ ਦਿਲ ਦੋ ਲਾਜ਼ਮਾ ਮਜ਼ੂਰ ਇਸ ਦਿਲ ਵਿੱਚ ਅਗਰ ਮਹਿਬੂਬ ਦੀ ਚਾਹਤ ਨਹੀਂ ਉਹ ਮਹਿਬੂਬ ਕਿਹੜਾ ਇਹ ਬੰਦੇ ਦੀ ਆਪਣੀ ਸੋਚ ਹੈ ਆਪਣੀ ਸਮਝ ਆਪਣੀ ਅਕਲ ਹੈ ਇਸ ਬਜ਼ੁਰਗ ਜਾ ਰਹੇ ਸਨ ਤਾਂ ਔਰਤਾਂ ਗੀਤ ਗਾ ਰਹੀਆਂ ਸਨ ਮਹਾਰਾਜਾ ਕੀ ਟੋਲੀਆਂ ਸਨ ਕਿ ਸਾਨੂੰ ਮਿਲਣਾ ਹੀ ਤੇ ਮਿਲ ਮਾਇਆ ਰਾਤੀ ਹੋਵਣ ਚਾਨਣੀਆਂ ਸਾਨੂੰ ਮਿਲਣਾ ਹੀ ਤੇ ਮਿਲ ਮਾਇਆ ਰਾਤੀ ਹੋਵਣ ਚਾਨਣੀਆਂ ਤੇ ਦੂਸਰੀਆਂ ਔਰਤਾਂ ਨੂੰ ਮਾਰੀ ਦੇਣੀਆਂ ਸਨ ਕਿ ਸਾਨੂੰ ਡੇਰਾ ਆਪਣਾ ਦੱਸ ਮਾਇਆ ਵੇ ਕੀ ਸਾਡੀਆਂ ਆ ਗਈਆਂ ਕਿਸੇ ਜਵਾਨ ਕਿਤੇ ਨਾਲੇ ਸ਼ਗਿਰਦ ਵੀ ਹੋਣੇ ਨਾ ਮਰੀਦ ਵੀ ਹੋਣੇ ਉਹਨਾਂ ਆਖਿਆ ਯਾ ਸਰਕਾਰ ਚਲੋ ਅਸਲ ਮੰਦਰ ਨੂੰ ਕੁੱਟਣੀ ਹੈ ਆਖਾਂ ਨਕਮਿਆਂ ਤੁਸਾਂ ਕੀ ਨਹੀਂ ਪਤਾ ਇਹ ਮੌਲੂਦ ਸ਼ਰੀਫ ਸੁਣਾ ਰਹੀਆਂ ਵਾਕਿਆ ਮਹਾਰਾਜ ਸੁਣਾ ਰਹੀਆਂ ਹੋਰ ਸਰਕਾਰ ਇਹ ਕਿਹਾ ਵਾਕਿਆ ਮਹਾਰਾਜ ਹੈ ਤੇ ਮਹਾਰਾਜਾ ਕੀ ਟੋਲਣਾ ਵੀ ਆਮ ਗੱਲ ਹੈ ਆਮ ਗੱਲ ਆਖਿਆ ਨਹੀਂ ਅੱਲਾਹ ਤਬਾਰਕ ਤਾਲਾ ਹੈ ਸਾਨੂੰ ਮਿਲਣਾ ਹੀ ਤੇ ਮਿਲ ਮਾਇਆ ਰਾਤੀ ਹੋਵਾਂ ਚੱਲ ਰਹੀਆਂ ਤੇ ਹਜ਼ੂਰ ਫਰਮਾਇਆ ਕਿ ਸਾਨੂੰ ਡੇਰਾ ਆਪਣਾ ਦੱਸ ਮਾਇਆ ਵੇਖੀ ਸਾਡੀਆਂ